ਸਾਨੂੰ ਅੱਜ ਬਹੁਤ ਹੀ ਮਾਣ ਵਾਲਾ ਦਿਨ ਹੈ ਕਿਉਂਕਿ ਅੱਜ ਅਸੀਂ ਜਿਹੜਾ ਸਾਡਾ ਜਲੰਧਰ ਸ਼ਹਿਰ ਮੀਡੀਆ ਤੌਰ 'ਤੇ ਜਾਣਿਆ ਜਾਂਦਾ ਹੈ ਇਹਦੇ ਵਿੱਚ ਇੱਕ ਹੋਰ ਜਾਗਰਤੀ ਲਹਿਰ ਅਖਬਾਰ ਦਾ ਵਾਧਾ ਕਰਨ ਜਾ ਰਹੇ ਹਾਂ ਅਤੇ ਸਾਨੂੰ ਬੜੀ ਖੁਸ਼ੀ ਇਸ ਗੱਲ ਦੇ ਵਿੱਚ ਔਰ ਨਾਲ ਹੀ ਮੈਂ ਆਪਣੇ ਵੀਰ ਗੌਤਮ ਜਲੰਧਰੀ ਨੂੰ ਰਿਕੁਐਸਟ ਕਰੂੰਗਾ ਕਿ ਅਖਬਾਰ ਦੇ ਜ਼ਰੀਏ ਲੋਕਾਂ ਦੇ ਵਿੱਚ ਦੇਸ਼ ਭਾਵਨਾ ਦੀ ਪੈਦਾ ਕਰਨ ਆਪਸੀ ਪਿਆਰ ਲੋਕ ਬਣਾਈ ਰੱਖਣ ਤਾਂ ਕਿ ਵਧੀਆ ਤਰੀਕੇ ਨਾਲ ਅਸੀਂ ਲੋਕਾਂ ਨੂੰ ਜੋ ਦੁੱਖ ਹੈ ਦੁੱਖ ਤਕਲੀਫਾਂ ਜੋ ਸਮਾਜ ਦੇ ਵਿੱਚ ਮਾੜੇ ਚੰਗੇ ਅੰਸਰਾਂ ਤੋਂ ਬਚਣ ਵਾਸਤੇ ਜਾਂ ਵੀ ਕਿਵੇਂ ਲੋਕਾਂ ਨੇ ਆਪਣੀ ਰੱਖਿਆ ਕਰਨੀ ਹੈ ਘਰਾਂ ਦੀ ਰੱਖਿਆ ਕਰਨੀ ਹੈ ਅਤੇ ਉਹਦੇ ਵਿੱਚ ਇਹ ਵੱਧ ਤੋਂ ਵੱਧ ਅਖਬਾਰ ਦੇ ਵਿੱਚ ਇਹ ਛਾਪਣ ਮੈਂ ਬੜੀ ਖੁਸ਼ੀ ਇਸ ਗੱਲ ਦੀ ਮੈਂ ਵਧਾਈ ਦਿੰਦਾ ਨੂੰ ਆਪਣੇ ਵੱਲੋਂ ਸਾਰੇ ਜਲੰਧਰ ਸ਼ਹਿਰ ਵੱਲੋਂ ਰਿਕੁਐਸਟ ਕਰਦਾ ਵਾਂ ਕਿ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਉਹਨੂੰ ਬਿਜਲੀ ਤੋਂ ਦਿੱਲੀ 'ਤੇ ਲਿਆ ਜਾਵੇ ਤਾਂ ਕਿ ਇਹ ਜਿਵੇਂ ਸਾਡਾ ਸ਼ਹਿਰ ਬਾਕੀ ਦੇ ਅਦਾਰੇ ਅਖਬਾਰਾਂ ਦੀ ਤਰੱਕੀ ਕਰਦੇ ਹਨ ਪਰਮਾਤਮਾ ਅੱਗੇ ਕਿ ਜਿਹੜੀ ਅੱਜ ਸ਼ੁਰੂ ਕਰ ਰਹੇ ਜਾਗਰਤੀ ਲਹਿਰ ਇਹ ਵੀ ਉਹਨਾਂ ਦੇ ਨਾਲ ਜਾ ਕੇ ਰਹੇ ਇਹ ਜੋ ਜਾਗਰਤੀ ਲਹਿਰ ਦਾ ਦਫ਼ਤਰ ਜਲੰਧਰ ਸ਼ਹਿਰ ਮੀਡੀਆ ਦੇ ਹੱਬ ਦੇ ਵਿੱਚ ਖੋਲ੍ਹਿਆ ਜਾ ਰਿਹਾ ਹੈ ਔਰ ਮੀਡੀਆ ਦੇ ਹੱਬ ਦੇ ਵਿੱਚ ਇਹ ਇੱਕ ਨਵਾਂ ਵਾਧਾ ਹੈ ਜਿਹਦੇ ਲਈ ਆਪਾਂ ਸਾਰੇ ਸਟਾਫ ਨੂੰ ਸਾਰੇ ਵੀਰਾਂ ਨੂੰ ਜਲੰਧਰੀ ਜੀ ਨੂੰ ਧਾਮੀ ਜੀ ਨੂੰ ਸਾਰੇ ਸਟਾਫ ਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਔਰ ਆਸ ਕਰਦੇ ਹਾਂ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਇਹ ਲੋਕਾਂ ਦੇ ਮੁੱਦੇ ਚੁੱਕਣ ਲੋਕਾਂ ਦੇ ਮੁੱਦੇ ਚੁੱਕ ਕੇ ਲੋਕ ਭਲਾਈ ਦੇ ਕੰਮ ਕਰਨ ਔਰ ਇਹਨਾਂ ਦੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਚਾਵਲਾ ਸਾਹਿਬ ਉਹਨਾਂ ਦੇ ਸਾਰੇ ਬੱਚੇ ਉਹਨਾਂ ਦੇ ਅਸੀਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸਾਡੀ ਜਿੱਥੇ ਲੋੜ ਪਏਗੀ ਜਿਸ ਵੇਲੇ ਲੋੜ ਪਏਗੀ ਅਸੀਂ ਤਤਪਰ ਹਾਜ਼ਰ ਹੋਵਾਂਗੇ ਮੈਂ ਇਹਨਾਂ ਸ਼ਬਦਾਂ ਨਾਲ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਵਾਂ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਦੀ ਅਖਬਾਰ ਦਿਨ ਦੁੱਗਣੀ ਰਾਤ ਚੁੱਗਣੀ ਉੱਨਤੀ ਕਰੇ ਔਰ ਅਸੀਂ ਸਾਰੇ ਇਹਨਾਂ ਦੇ ਨਾਲ ਰਲ ਕੇ ਲੋਕਾਂ ਦੇ ਮੁੱਦੇ ਚੁੱਕ ਸਕੀਏ।